नमस्कार, मैं हूं विनोद सिंह। आप देख रहे हैं वीपीटीवी। खेलों के प्रति जहां केंद्र और राज्य सरकारें अपना अपना लगातार सहयोग दे रही हैं और नए खिलाड़ियों को अपने जौहर दिखाने का पुरजोर मौका भी दे रही हैं, उसी कवायद के तहत पंजाब के मोगा की गुरु नानक स्पोर्ट्स अकेडमी की ओर से भी बेहतरीन खिलाड़ियों को लगातार प्रोत्साहित करने का काम किया जा रहा है। उसी कवायद में इसी ग्राउंड के क्रिकेटर हरमन ने भी अपना नाम पूरी दुनिया में रोशन किया है। उसी ग्राउंड में आज फिर से अंडर 17 सुखमन कौर और एकमनूर सिंह जोहल 1 दिसंबर से 5 दिसंबर तक देश की राजधानी दिल्ली में हो रही नेशनल बास्केट बॉल गेम्स के लिए एकेडमी की ओर से सम्मानित किए गए और इन्हें अमृतसर और पटियाला रवाना किया गया। जानकारी के मुताबिक यहां इन दोनों की 10 दिनों की ट्रेनिंग के बाद फिर से 1 दिसंबर को दिल्ली में नेशनल बास्केट बॉल अंडर 17 प्रतियोगिता में ये दोनों हिस्सा लेंगे। आपको बता दें कि जिस ग्राउंड में शुरू में हरमन ने अपने क्रिकेट की शुरुआत की थी, उसी एकेडमी द्वारा ही ये दोनों बच्चे अब ट्रेनिंग ले रहे हैं और इनका भी सपना है कि वो अपना नाम हरमन के साथ जोड़कर पंजाब के साथ साथ पूरी दुनिया में अपना नाम रोशन करें। उम्मीद कर दी मैं सर का नाम पे अपनी अकेडमी का नाम रोशन करा। बिल्कुल सर ने ट्रेनिंग दिखी है तो जरूर तरक्की मिलनी है सानू अकेडमी ने। ਅਸੀਂ ਪਹਿਲਾਂ ਹੀ ਸਟੇਟ ਉੱਤੇ ਗਏ ਸੀ, ਉੱਥੇ ਸਾਡਾ ਵਧੀਆ ਪ੍ਰਦਰਸ਼ਨ ਰਿਹਾ ਪਰ ਅਸੀਂ ਜਿੱਤ ਪ੍ਰਾਪਤ ਨਹੀਂ ਕਰ ਸਕੇ। ਸਾਡੇ ਕੋਚ ਜਸਵੰਤ ਸਿੰਘ ਨੇ ਪੂਰਾ ਜ਼ੋਰ ਲਾਇਆ ਉੱਥੇ, ਅਸੀਂ ਕਿਸੇ ਕਾਰਨ ਅਸੀਂ ਕਰ ਨਹੀਂ ਪਾਏ। ਪਰ ਅੱਗੇ ਮੈਂ ਨੈਸ਼ਨਲ ਦੇ ਕੈਂਪ 'ਚ ਮੇਰਾ ਚੋਣ ਹੋ ਗਿਆ, ਮੇਰੇ ਕੋਚ ਦੀ ਬਦੌਲਤ ਹੀ ਚੋਣ ਹੋਇਆ ਅਤੇ ਮੈਂ ਅੱਗੇ ਜਾਊਂਗਾ ਹੁਣ ਉੱਥੇ। ਅਤੇ ਉਮੀਦ ਆ ਅਸੀਂ ਕਿ ਉੱਥੇ ਵੀ ਵਧੀਆ ਪ੍ਰਦਰਸ਼ਨ ਕਰੂੰਗਾ ਅਤੇ ਮੈਂ ਟੀਮ 'ਚ ਵੀ ਸਿਲੈਕਟ ਹੋਊਂਗਾ, ਫਿਰ ਅਸੀਂ ਅੱਗੇ ਵੀ ਜਾ ਕੇ ਗੋਲਡ ਮੈਡਲ ਹਾਸਿਲ ਕਰਾਂਗੇ। ਮੈਨੂੰ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਵਾ। ਚਾਹੁੰਗਾ ਕਿ ਨਸ਼ਿਆਂ ਤੋਂ ਜਿੰਨਾ ਵੀ ਦੂਰ ਰਹਿ ਸਕਦੇ ਵਧੀਆ, ਬੰਦੇ ਨੂੰ ਕੋਈ ਨਾ ਕੋਈ ਗੇਮ ਹਮੇਸ਼ਾ ਹੀ ਕਰਨੀ ਚਾਹੀਦੀ ਆ, ਉਹਦੇ ਨਾਲ ਬੰਦੇ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ ਜਾਂਦਾ। ਇਹ ਦੋਨੇ ਬੱਚੇ ਏਕਨੂਰ ਜੌਹਲ ਅਤੇ ਸੁਖਮਨ ਸਿੱਧੂ, ਇਹ ਦੋਨੇ ਬੱਚੇ ਗਿੱਦੜਵਾ ਟੂਰਨਾਮੈਂਟ ਹੋਇਆ ਸੀਗਾ ਪਿੱਛੇ ਜੇ, ਉਹਦੇ ਵਿੱਚ ਸਾਡੀ ਕੋਈ ਪਲੇਸ ਤਾਂ ਨਹੀਂ ਪੈ ਸਕੀ ਕਿਉਂਕਿ ਏਕਨੂਰ ਦੇ ਸੱਟ ਲੱਗ ਗਈ ਸੀਗੀ, ਪਰ ਬਹੁਤ ਵਧੀਆ ਪ੍ਰਦਰਸ਼ਨ ਸੀ ਦੋਨਾਂ ਪਲੇਅਰਾਂ ਦਾ। ਇਸ ਕਰਕੇ ਇਹਨਾਂ ਦੀ ਚੋਣ ਜਿਹੜੀ ਹੈਗੀ ਨੈਸ਼ਨਲ ਕੈਂਪ ਵਾਸਤੇ ਹੋਈ ਹੈ। ਕੁੜੀਆਂ ਦਾ ਕੈਂਪ ਅੰਮ੍ਰਿਤਸਰ ਲੱਗਣ ਲੱਗਿਆ, ਮੁੰਡਿਆਂ ਦਾ ਜਿਹੜਾ ਕੈਂਪ ਹੈਗਾ ਉਹ ਪਟਿਆਲੇ ਲੱਗਣ ਲੱਗਿਆ 21-29 ਤਰੀਕ ਤੱਕ। ਉਸ ਤੋਂ ਬਾਅਦ ਇਹ ਟੀਮ ਜਾਊਗੀ ਦਿੱਲੀ 1-5 ਨੂੰ, ਉੱਥੇ ਨੈਸ਼ਨਲ ਲੈਵਲ ਦੀ ਚੈਂਪੀਅਨਸ਼ਿਪ। ਜੇ ਗੱਲ ਕਰੀਏ ਤੁਹਾਡੀ ਅਕੈਡਮੀ ਦੀ, ਤਾਂ ਕਦੋਂ ਤੋਂ ਤੁਹਾਡੀ ਅਕੈਡਮੀ ਚਾਲੂ ਹੋਈ ਔਰ ਕਿੰਨੇ ਕੁ ਬੱਚੇ ਜਿਹੜੇ ਹੈਗੇ ਤੁਹਾਡੇ ਇਸ ਗਰਾਊਂਡ ਦੇ ਵਿੱਚੋਂ ਜਿਹੜੇ ਹੈਗੇ ਅੱਗੇ ਜਾ ਚੁੱਕੇ ਨੇ ਨੈਸ਼ਨਲ ਦੇ? ਤਕਰੀਬਨ ਮੈਂ ਅਕੈਡਮੀ 2010 ਤੋਂ ਸ਼ੁਰੂ ਕੀਤੀ ਸੀਗੀ, ਹੁਣ ਤੱਕ 26 ਪਲੇਅਰ ਨੈਸ਼ਨਲ ਲੈਵਲ 'ਤੇ ਆਪਦਾ ਜੌਹਰ ਦਿਖਾ ਚੁੱਕੇ ਹੈ, ਜਿਨ੍ਹਾਂ ਦੇ ਵਿੱਚੋਂ 2 ਲੜਕੀਆਂ ਕੋਮਲ ਬਰਾੜ ਅਤੇ 7 ਸਰੂਪ ਨੇ ਗੋਲਡ ਮੈਡਲ ਲਿਆ ਆਲ ਇੰਡੀਆ 'ਚੋਂ ਅੰਡਰ 16 ਦੇ ਵਿੱਚ। ਇਸੇ ਤਰ੍ਹਾਂ ਮੁੰਡਿਆਂ 'ਚੋਂ ਮਨਦੀਪ ਸਿੰਘ ਅਤੇ ਚਰਨਪ੍ਰੀਤ ਸਿੰਘ ਨੇ ਅੰਡਰ 17 ਦੇ ਵਿੱਚ ਗੋਲਡ ਮੈਡਲ ਲਿਆ। ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ 'ਤੇ ਪਲੇਅਰ ਪੈਦਾ ਕਰਾਂਗੇ। ਜੇ ਗੱਲ ਕਰੀਏ ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਅਕੈਡਮੀ ਚਲਾਉਣ ਵਾਸਤੇ ਕੋਈ ਫੰਡ ਮੁਹੱਈਆ ਹੁੰਦੇ ਹੋਣ ਜਾਂ ਕਿੱਦਾਂ? ਸਰਕਾਰ ਵੱਲੋਂ ਕੋਈ ਬਹੁਤੀ ਸਹੂਲਤ ਨਹੀਂ ਮਿਲੀ ਸਾਡੇ ਨਾਲ, NRI ਵੀਰ ਸਾਡੇ ਨਾਲ ਰਲੇ ਹੋਏ, ਕੋਈ ਸ਼ਹਿਰ ਨਿਵਾਸੀ ਸਾਡਾ ਇੱਕ ਗਰੁੱਪ ਬਣਿਆ ਬੜਾ ਵਧੀਆ। ਹੁਣ ਮੈਂ ਡਾਕਟਰ ਹਰਜੋਤ ਕਮਲ ਨੂੰ ਬੇਨਤੀ ਕੀਤੀ ਸੀਗੀ, ਅਕਸ਼ਿਤ ਜੈਨ ਮੇਅਰ ਜਿਹੜੇ ਹੈਗੇ ਨਗਰ ਨਿਗਮ ਦੇ